ਜਿਸ ਦੇ ਪੱਲੇ ਜਿਸ ਦੇ ਪੱਲੇ ਇਹ ਚਾਰੇ ਗੁਣ ਉਹੀ ਬਣੂ ਬਜੇਤਾ ਸੇਵਾਦਾਰ ਪਾਰਟੀ ਬਹੁਤ ਅੱਛੇ ਬਹੁਤ ਅੱਛੇ ਮੁੰਡਿਓ ਹੁਣ ਚਲੇ ਜਾਓ ਪੂਰੀ ਸੇਵਾ ਕਰੋ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਬੈਨਰ ਲਾਉਣੇ ਘਰ ਘਰ ਦੇ ਵਿੱਚ ਲਾਉਣੇ ਗਲੀਆਂ ਗਲੀਆਂ ਚ ਲਾਉਣੇ ਸ਼ਮਸ਼ਾਨ ਘਾਟ ਤੇ ਲਾਉਣੇ ਹੱਡਾ ਰੋੜੀ ਚ ਨਹੀਂ ਲਾਉਣੇ ਵਗ ਜਾਓ ਮਾਂ ਬੋਲੀ ਸੇਵਾਦਾਰ ਪਾਰਟੀ ਜਿੰਦਾਬਾਦ ਮਾਂ ਬੋਲੀ ਸੇਵਾਦਾਰ ਪਾਰਟੀ ਜਿੰਦਾਬਾਦ ਕੌਣ ਆ ਭਾਈ ਬੀਬੀ ਮੈਂ ਸ਼ਾਂਤੀ ਹੋਰ ਕੌਣ ਭਾਈ ਸ਼ਾਂਤੀ ਹੋਵੇ ਚਾਹੇ ਬਸੰਤੀ ਹੋਵੇ ਭਾਵੇਂ ਬੰਤੀ ਹੋਵੇ ਭਾਈ ਕੰਮ ਕਰਾਂਗੇ ਦੇਖੋ ਤੁਹਾਡੀ ਸੇਵਾ ਲਈ ਬੈਠਿਆ ਬੀਬਿਆ ਦੱਸੋ ਤੁਹਾਡੀ ਕੀ ਤਲਖੀ ਪਾ ਕੀ ਸੇਵਾ ਕਰੀ ਵੇ ਕਿਹੜੀ ਸੇਵਾ ਦੀ ਗੱਲ ਕਰੀ ਜਾਣਾ ਅਖਾੜੇ ਤੇ ਨਹੀਂ ਜਾਣਾ ਪਿਆਰ ਨਹੀਂ ਹੋਇਆ ਆ ਵੀ ਸੈਕਟਰੀ ਤਾਂ ਦੱਸਿਆ ਨੇ ਅੱਜ ਕਿੱਥੇ ਕਿੱਥੇ ਜਲਸਾ ਮਰ ਜਾਣੇ ਆ ਕਿਹੜੇ ਜਲਸੇ ਦੀਆਂ ਗੱਲਾਂ ਕਰੀ ਜਾਣਾ ਇਹਨਾਂ ਨੇ ਕੀ ਹੁਲੀਆ ਬਣਾਇਆ ਹੋਇਆ ਗੁਲਾਬੀ ਰੰਗ ਦਾ ਕੁੜਤਾ ਪਜਾਮਾ ਉੱਤੇ ਨੀਲੀ ਜੈਕਟ ਪੀਲੀ ਟੋਪੀ ਵੇ ਤੂੰ ਤਾਂ ਜਮਾ ਹੀ ਨੇਤਾ ਬਣਿਆ ਹੋਇਆ ਅਮਲੀਆ ਨੇਤਾ ਦੀ ਗੱਲ ਕਰਦੇ ਆ ਇਸਦਾ ਸੰਤੀ ਹੈ ਸਾਰੇ ਕਲਾਕਾਰ ਨੇਤਾ ਬਣ ਗਏ ਨਹੀਂ ਨੇਤਾ ਤਾਂ ਬਣ ਗਏ ਆਹ ਡਰੈਸ ਕਿਹੜੀ ਪਾਰਟੀ ਦੀ ਪਾਈ ਹੋਈ ਹੈ ਨਾ ਅਕਾਲੀਆਂ ਦੀ ਨਾ ਕਾਂਗਰਸੀਆਂ ਦੀ ਇਹ ਸੰਤੀ ਅਸੀਂ ਨਵੀਂ ਪਾਰਟੀ ਬਣਾਈ ਆ ਮਾਂ ਬੋਲੀ ਸੇਵਾਦਾਰ ਪਾਰਟੀ ਅਸੀਂ ਤਾਂ ਆਪਣੇ ਜਰਨੈਲ ਕਮਾਨ ਸਾਹਿਬ ਹੋਰਾਂ ਨੂੰ ਪਾਰਟੀ ਦਾ ਪ੍ਰਧਾਨ ਵੀ ਚੁਣਨੇ ਵੇ ਭਜਣਿਆ ਅੰਦਰਲੇ ਖਾਤੇ ਇੰਨੀ ਤਿਆਰੀ ਕਰ ਲਈ ਤਿਆਰੀ ਦੀ ਗੱਲ ਕਰਦੀਆਂ ਸੰਤੀਏ ਅਸੀਂ ਤਾਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਆਪਣੇ ਕਲਾਕਾਰ ਵੀਰ 121 ਕੈਂਡੀਡੇਟ ਅਸੀਂ ਤਾਂ ਖੜੇ ਵੀ ਕਰਤੇ ਵੇ ਕਮਲੇ ਤੂੰ ਤਾਂ ਜਮਾ ਹੀ ਅਮਲੀ ਰਹਿਣਾ 117 ਤਾਂ ਸੀਟਾਂ ਆ ਆ 5-6 ਹੋਰ ਕਿੱਥੋਂ ਇਕੱਠੇ ਕਰ ਲੈ ਵੱਡੀ ਸਿਆਣੀ ਬਣਦੀ ਹੈ ਤੈਨੂੰ ਘਰੋਂ ਖਾ ਕੇ ਕੌਣ ਮੱਤ ਦੇਵੇ ਕੱਲ ਨੂੰ ਕਿਸੇ ਕਲਾਕਾਰ ਦਾ ਬਾਹਰਲਾ ਟੂਰ ਆ ਜਾਂਦਾ ਤੇ ਫੇਰ ਕਹੀਦਾ ਵਾ ਕਿਸੇ ਗਾਉਣ ਵਾਲੇ ਕਲਾਕਾਰ ਦਾ ਚੰਗਾ ਖਾੜਾ ਲੱਗ ਜਾਂਦਾ ਤੇ ਦਾਰੂ ਪੀ ਕੇ ਮੌਲੇ ਭਲ ਦੰਗੂ ਦੋ ਦਿਨ ਉੱਠਦਾ ਨਹੀਂ ਤੇ ਫਿਰ ਅਸੀਂ ਕੀ ਕਰਾਂਗੇ ਕਈ ਦਫਾ ਕਿਸੇ ਕਲਾਕਾਰ ਦੀ ਐਟ ਏ ਟਾਈਮ ਗੀਤ ਦੀ ਸ਼ੂਟਿੰਗ ਆ ਜਾਂਦੀ ਹੈ ਇਸ ਕਰਕੇ 5-4 ਕੈਂਡੀਡੇਟ ਅਸੀਂ ਐਕਸਟਰਾ ਰੱਖੇ ਲੱਗਦਾ ਇਲੈਕਸ਼ਨ ਦੇ ਆ ਤੁਸੀਂ ਕਿੱਥੋਂ ਇਲੈਕਸ਼ਨ ਲੜ ਲੂੰਗੇ ਕਿਉਂ 12-12 ਵਜੇ ਤੱਕ ਸੁੱਤੇ ਪੈ ਨਹੀਂ ਉੱਠਦੇ ਤੁਹਾਡੇ ਘਰਾਂ ਚ ਏਸੀ ਗੱਡੀਆਂ ਚ ਏਸੀ ਗੱਡੀਆਂ ਤੁਹਾਡੇ ਕਾਲੇ ਸ਼ੀਸ਼ੇ ਏਦਾਂ ਦੀ ਗਰਮੀ ਚ ਇੰਨੀ ਧੁੱਪ ਚ ਕਿੱਥੋਂ ਤੁਸੀਂ ਵੋਟਾਂ ਲੈਣ ਚਲੇ ਜਾਓਗੇ ਤੂੰ ਆ ਗੱਲ ਛੱਡ ਦੇ ਤੈਨੂੰ ਮੈਂ ਦੱਸਾਂ ਸੰਤਗੀ ਹਾਂ ਅਸੀਂ ਘਰਾਂ ਦੇ ਸਾਰੇ ਏਸੀ ਉਸੇ ਪਟਾਤੇ ਅੱਛਾ ਨਾਲੇ ਉਰੇ ਆ ਗੱਲ ਸੁਣ ਸੰਤਗੀ ਹਾਂ ਏਸੀ ਤਾਂ ਸਾਡੇ ਡੀਜੇ ਵਾਲੇ ਨੇ ਪਟਾਤੇ ਸੀਗੇ ਸੱਚੀ ਗੱਲ ਆ ਭਜਣਿਆ ਤੇ ਨਾਲੇ ਕਾਰਾਂ ਦੇ ਸ਼ੀਸ਼ੇ ਅਸੀਂ ਕਾਲੀਆਂ ਫਿਲਮਾਂ ਲਵਾ ਕੇ ਚਿੱਟੇ ਕਰਾਤੇ ਵੇ ਚਾਹੇ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਵਾ ਲੋ ਚਾਹੇ ਕਰਵਾ ਲੋ ਚਿੱਟੇ ਇਲੈਕਸ਼ਨ ਜਿੱਤ ਜੂਗੇ ਉਹ ਤੂੰ ਇਲੈਕਸ਼ਨ ਜਿੱਤਣ ਦੀ ਗੱਲ ਕਰਦੀ ਹੈ ਸਾਡੇ ਅਖਾੜੇ ਦੇ ਵਿੱਚ 50,000 ਬੰਦਾ ਇਕੱਠਾ ਹੋ ਜਾਂਦਾ ਸੱਚੀ ਗੱਲ ਆ ਅਮਲੀਆ ਕੀ 50,000 ਦੇ ਵਿੱਚ 20,000 ਬੰਦਾ ਵੀ ਸਾਨੂੰ ਵੋਟ ਨਹੀਂ ਪਾਊਗਾ ਇੱਦਾਂ ਸੰਤੀਏ ਹੱਥਾਂ ਦੇ ਉੱਪਰ ਗਿਣਤੀ ਮਿਣਤੀ ਕਰਕੇ ਕੈਲਕੂਲੇਟਰ ਕਰੀ ਬੈਠੇ ਆ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸਾਡਾ ਗਾਉਣ ਵਾਲਿਆਂ ਦਾ ਭਜਨਿਆ ਫੇਰ ਤਾਂ ਕਮਾਲ ਹੀ ਹੋਜੂ ਇੱਕ ਗੱਲ ਆ ਸੰਤੀਏ ਬਈ ਪਿੰਡਾਂ ਪਿੰਡਾਂ ਵਿੱਚ ਜਾ ਕੇ ਨਾ ਨਵੇਂ ਨਵੇਂ ਤਜਰਬੇ ਹੁੰਦੇ ਆ ਵੀ ਉਹ ਕਿਵੇਂ ਅਮਲੀਆ ਆ ਲੈ ਦੇਖ ਲਾ ਥੋੜੇ ਦਿਨ ਪਹਿਲਾਂ ਸਾਡਾ ਲੰਮੇ ਜੱਟਪੁਰੇ ਪਿੰਡ ਦੇ ਵਿੱਚ ਜਲਸਾ ਸੀਗਾ ਓਏ ਹਾਏ ਇਕੱਠ ਹੋ ਗਿਆ ਸੰਤੀਏ ਦਲੀ ਦੀ ਮਲੀ ਦੀ ਲੋਕ ਇਕੱਠੇ ਹਾਏ ਇੰਨਾ ਇਕੱਠ ਤੈਨੂੰ ਪਤਾ ਬਈ ਸਪੀਚ ਦੇਣ ਨੂੰ ਮੈਂ ਤਕੜਾ ਇਲਾਕਾ ਨਿਵਾਸੀਓ ਭੈਣੋ ਭਰਾਵੋ ਸੱਜਣੋ ਉਹਨੂੰ ਜਾਣ ਹਾਰ ਚੱਕ ਪਾ ਉਹ ਭੂਤ ਨਹੀਂ ਦਿਆ ਇੱਧਰ ਪਾ ਅਨਪੜਾ ਅਨਪੜਾ ਹੌਲੀ ਹੌਲੀ ਸਾਰੇ ਟ੍ਰੇਂਡ ਹੋ ਜਾਂਦੇ ਤਾਂ ਮੈਂ ਕਹਿੰਦਾ ਸੀ ਇਲਾਕਾ ਨਿਵਾਸੀ ਭੈਣੋ ਭਰਾਵੋ ਔਰ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਪਹਿਲਾਂ ਸਰਕਾਰਾਂ ਬੜੀਆਂ ਆਈਆਂ ਬੜੀਆਂ ਸਰਕਾਰਾਂ ਗਈਆਂ ਸਾਨੂੰ ਨੀ ਪਤਾ ਕਿਹਨੇ ਕਿਹਨੇ ਕਿੰਨੇ ਕਿੰਨੇ ਕੰਮ ਕੀਤੇ ਆ ਪਰ ਐਤਕੀ ਮੈਂ ਦਾਅਵੇ ਦੇ ਨਾਲ ਕਹਿੰਦਾ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਬਣੂਗੀ ਤਾਂ ਕਲਾਕਾਰਾਂ ਦੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਗਲਾ ਮੁੱਖ ਮੰਤਰੀ ਹੋਊਗਾ ਉਹ ਸਾਡਾ ਕਲਾਕਾਰ ਭਾਈ ਹੋਊਗਾ ਔਰ ਇਸ ਕਰਕੇ ਸੱਜਣੋ ਅੱਜ ਮੈਂ ਕੁਛ
ਨਾਮਵਰ ਕਲਾਕਾਰਾਂ ਦੇ ਨਾਂ ਤੁਹਾਨੂੰ ਦੱਸਣ ਲੱਗਿਆ ਜਿਹੜੇ ਅਸੀਂ ਕੁਛ ਇਲਾਕੇ ਚ ਖੜੇ ਕੀਤੇ ਆ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਔਰ ਬਾਹਰੇ ਹੀ ਉਹ ਤਕੜੇ ਕਲਾਕਾਰ ਆ। ਪਹਿਲਾ ਸੰਤੀ ਜਦੋਂ ਮੈਂ ਲੋਕਾਂ ਨੂੰ ਆਪਣੇ ਕੈਂਡੀਡੇਟਾਂ ਦੇ ਨਾਂ ਗਣਾਏ ਜਿਵੇਂ ਕਿ ਸੱਜਣੋ ਲੁਧਿਆਣੇ ਤੋਂ ਕੁਲਦੀਪ ਕੋਇਲ ਤੇ ਖੰਨੇ ਤੋਂ ਸਰਦੂਲ ਹੰਸ ਜਿਵੇਂ ਕਿ ਮਲੇਰਕੋਟਲੇ ਤੋਂ ਸਦੀਕ ਕੁਮਾਰ ਪਤੰਗਾ ਤੇ ਦੜਵੇ ਤੋਂ ਹਰਭਜਨ ਪਪੀਹਾ ਤੇ ਦੋਸਤੋ ਗਿੱਦੜਵਾਹੇ ਦੇ ਇਲਾਕੇ ਤੋਂ ਗੁਰਦਾਸ ਪੰਛੀ। ਕਾਂਤੀ ਅਜੇ ਮੈਂ ਪੰਛੀ ਕਹਿ ਕੇ ਹਟਿਆ ਸੀ ਉਦੋਂ ਨੂੰ ਸਾਹਮਣੇ ਇੱਕ ਬੜਾ ਉੱਠ ਕੇ ਖੜਾ ਹੋ ਗਿਆ ਉਹ ਲੱਗਦੇ ਹੋ ਮੁੱਖ ਮੰਤਰੀ ਪੰਜਾਬ ਦਾ ਬਣਾਉਣ ਦਿਓ ਕੋਈ ਬੰਦਾ ਵੀ ਵੋਟਾਂ ਚ ਖੜਾ ਕਰ ਲੈਣਾ ਸੀ ਸਾਰੇ ਚਿੜੀ ਜਨੌਰ ਇਕੱਠੇ ਕਰੀ ਫਿਰਦੇ ਹੋ। ਜਿਹੜੀ ਗਾਹਾਂ ਮਾੜੀ ਹੋਈ ਆ ਉਹ ਸੁਣ ਲਾ ਹੁਣ ਕੀ ਹੋ ਗਿਆ ਉਦੋਂ ਬਾਅਦ ਅਸੀਂ ਪਿੰਡਾਂ ਚ ਹੁੰਦੇ ਹੋਏ ਤੇ ਗਾਹਾਂ ਕਮਾਲਪੁਰੇ ਚਲੇ ਗਏ। ਅੱਛਾ ਤੈਨੂੰ ਪਤਾ ਸੰਤੀ ਇਹ ਵਰਕਰ ਕਿੰਨੇ ਕ ਪੜ੍ਹੇ ਲਿਖੇ ਆ ਵੇ ਭਜਨਿਆ ਸਾਰੇ ਢੋਲਕੀਆਂ ਢੁਲਕੀਆਂ ਵਾਲੇ ਹੋਣਗੇ ਬੇਚਾਰੇ ਅਨਪੜ੍ਹ ਬੰਦੇ ਆਹੋ ਕੋਈ ਢੋਲਕੀ ਵਾਲਾ ਕੋਈ ਬਾਜੇ ਵਾਲਾ ਕੋਈ ਖੰਜਰੀ ਵਾਲਾ ਕੋਈ ਡਫਲੀ ਆ ਤੇ ਮੇਰੇ ਨਾਲ ਆਪਣਾ ਸੀ ਇੱਕ ਤਾਂ ਕੁਲਦੀਪ ਮੁੰਡਾ ਬੈਜੂ ਵਾਲਾ ਔੜਵਾਲ ਦਾ ਤੇ ਇੱਕ ਆਪਣਾ ਉਹ ਸੀਗਾ ਸਟੇਜ ਸੈਕਟਰੀ ਜਿਹੜਾ ਗੱਪੀ ਮੈਂ ਉਹਨੂੰ ਕਿਹਾ ਗੱਪੀ ਗੱਲ ਸੁਣ ਲਾ ਇਹ ਸਟੇਜ ਹੈ ਨੀ ਬਈ ਤੂੰ ਹਰੇਕ ਨੂੰ ਬੰਦੇ ਨੂੰ ਰੁੱਖਾ ਬੋਲੇ ਹੈ ਠੀਕ ਹੈ ਔਰ ਆਪਾਂ ਵੋਟਾਂ ਮੰਗਣ ਜਾਣੀ ਹਰ ਇੱਕ ਦੇ ਘਰੇ ਜਾ ਕੇ ਬੇਬੇ ਚਾਚੀ ਤਾਈ ਭੂਆ ਕਹਿ ਕੇ ਭੈਣ ਜੀ ਕਹਿ ਕੇ ਨਿਮਰਤਾ ਨਾਲ ਬਣਾਉਣ ਠੀਕ ਹੈ ਨਾਲੇ ਅਗਲਿਆਂ ਨੂੰ ਇਹ ਵੀ ਕਹਿਣਾ ਬਈ ਭਾਈ ਆਪ ਤਾਂ ਤੁਸੀਂ ਵੋਟ ਪਾਉਣੀ ਪਾਉਣੀ ਹੈ ਭਜਨੇ ਉਹਨਾਂ ਨੂੰ ਗਾਹਾਂ ਆਪਣੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਤੋਂ ਕਹਿ ਕੇ ਵੀ ਵੋਟਾਂ ਪਾਉਣੀ ਠੀਕ ਹੈ ਸਮਝ ਗਿਆ ਨਾ ਚੰਗੀ ਤਰ੍ਹਾਂ ਸਮਝ ਗਿਆ ਤੁਸੀਂ ਬੇਫਿਕਰ ਹੋ ਜਾਓ ਐਤਕੀ ਕੁਰਸੀ ਆਪਣੀ ਹੋਈ ਠੀਕ ਹੈ ਠੀਕ ਸ਼ਾਂਤੀ ਅਸੀਂ ਅਗਲਾ ਦਰਵਾਜ਼ਾ ਖੜਕਾਇਆ ਅੱਛਾ ਤੇ ਉਹਨਾਂ ਦੀ ਕੁਦਰਤੀ ਅੰਦਰੋਂ ਬੁੜੀ ਨਿਕਲੀ ਅੱਛਾ ਮੈਨੂੰ ਨਹੀਂ ਬੋਲਣ ਦਿੱਤਾ ਆਪ ਪਿਟਣੇ ਪਾਤੇ ਉੱਥੇ ਪੈਰ ਪੈਣਾ ਚਾਚੀ ਜੀ ਜਿਉਂਦੇ ਰਹੋ ਭਾਈ ਆ ਜੀ ਨੇ ਭਜਨਾ ਅਮਲੀ ਜੀ MLA ਦੇ ਇਲੈਕਸ਼ਨ ਤੇ ਖੜੇ ਨੇ ਤੇ ਇਹਨਾਂ ਦਾ ਚੋਰ ਨਿਸ਼ਾਨ ਹੈ ਲੰਡਾ ਚਿੜਾ ਤੇ ਲੰਡੇ ਚਿੜੇ ਤੇ ਠਾ ਦੇ ਸੀ ਮੋਹਰ ਲਾਣੀ ਹੈ ਆਪ ਵੀ ਵੋਟ ਪਾਣੀ ਹੈ ਤੇ ਆਪਣੇ ਰਿਸ਼ਤੇਦਾਰਾਂ ਤੋਂ ਵੀ ਵੋਟ ਪਵਾਣੀ ਹੈ ਹਾਂ ਭਾਈ ਅਸੀਂ ਵੀ ਪਾ ਦਿਆਂਗੇ ਵੋਟ ਅਸੀਂ ਰਿਸ਼ਤੇਦਾਰਾਂ ਤੋਂ ਵੀ ਪਵਾ ਦਿਆਂਗੇ ਰਿਸ਼ਤੇਦਾਰਾਂ ਤੋਂ ਹੀ ਨਹੀਂ ਆਪਣੇ ਯਾਰ ਬੇਲੀਆਂ ਤੋਂ ਵੀ ਵੋਟ ਪਵਾਉਣੀ ਹੈ।